ਅੱਛੀ ਗੱਲ ਦੋਸਤੋ, ਕੀ ਹਾਲ ਚਾਲ ਜੀ? ਵਧੀਆ ਸਾਰੇ, ਮੇਰਾ ਨਾਮ ਰਣਜੋਤ ਸਿੰਘ ਹੈ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਔਰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਦੋਸਤੋ, ਮੈਂ ਹੈਗਾ ਇਸ ਟਾਈਮ ਅਲਮਾਟੀ ਸ਼ਹਿਰ ਔਰ ਕਜ਼ਾਕਿਸਤਾਨ ਦੇ ਵਿੱਚ। ਸੋ ਆਪਾਂ ਜਿਹੜੇ ਹੈਗੇ ਹਾਂ ਦੋਸਤੋ, ਚੱਲੇ ਹਾਂ ਘੁੰਮਣ ਵਾਸਤੇ। ਬਰਫ਼ਬਾਰੀ ਹੋ ਰਹੀ ਹੈ ਹਲਕੀ ਹਲਕੀ, ਔਰ ਬਰਫ਼ ਜਿਹੜੀ ਹੈ ਉਹ ਕੱਲ੍ਹ ਦੀ ਬਹੁਤ ਵਧੀਆ ਪਈ ਹੋਈ ਹੈ। ਨਜ਼ਾਰੇ ਬਹੁਤ ਸ਼ਾਨਦਾਰ, ਮੌਸਮ ਬਹੁਤ ਵਧੀਆ, ਐਨ ਕੈਮ ਹੈਗਾ, ਅੱਤ ਕੀਤੀ ਹੋਈ ਹੈ ਬਾਈ ਜੀ ਇੱਥੇ ਰੱਬ ਨੇ ਵੀ। ਸੋ ਆਪਾਂ ਚੱਲੇ ਹਾਂ ਬਾਈ ਜੀ ਅਰਾਊਂਡ, ਤੁਹਾਨੂੰ ਥੋੜ੍ਹਾ ਜਿਹਾ ਦਿਖਾਉਣ ਕਿ ਜੇ ਤੁਸੀਂ ਅਪਾਰਟਮੈਂਟ ਵਗੈਰਾ ਲੈਂਦੇ ਹੋ ਜਾਂ ਹੋਟਲ ਰਹਿੰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰ ਸਕਦੇ ਹੋ, ਰੋਟੀ ਪਾਣੀ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੋ, ਚੀਪ ਵੇ ਦੇ ਵਿੱਚ ਤੁਸੀਂ ਰੋਟੀ ਪਾਣੀ ਜੋ ਹੈ ਕਿਸ ਤਰ੍ਹਾਂ ਖਾ ਸਕਦੇ ਹੋ ਬਾਈ ਜੀ। ਠੀਕ ਹੈ ਜੀ, ਫਿਲਹਾਲ ਮੈਂ ਤੁਹਾਨੂੰ ਥੋੜ੍ਹਾ ਜਿਹਾ ਨਜ਼ਾਰਾ ਆਪਣੇ ਲਾਗੇ ਦੇ ਅਪਾਰਟਮੈਂਟ ਦਾ ਦਿਖਾ ਦਿੰਦਾ ਕਿ ਅਪਾਰਟਮੈਂਟ ਕਿਹੋ ਜਿਹੇ ਨੇ ਇੱਥੇ ਔਰ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੁੰਦਾ ਇੱਥੇ ਦਾ। ਠੀਕ ਹੈ ਜੀ, ਆਹ ਦੇਖੋ ਜੀ, ਉੱਧਰ ਸਾਹਮਣੇ ਜੀ ਮੇਰਾ ਅਪਾਰਟਮੈਂਟ ਹੈਗਾ, ਇੱਧਰੋਂ ਐਂਟਰੈਂਸ ਹੈ ਇੱਕ, ਸਾਰੀਆਂ ਇਹਨਾਂ ਦੀਆਂ ਗੱਡੀਆਂ ਗੁੱਡੀਆਂ ਖੜੀਆਂ ਹੋਈਆਂ ਨੇ। ਆਹ ਕੁਲਤਾਰ ਭਾਅ ਜੀ ਆਪਣੀ ਫੋਟੋਗ੍ਰਾਫਰੀ ਕਰਾ ਰਹੇ ਨੇ ਇੱਥੇ, ਅਤੇ ਇਹ ਇੱਧਰ ਪਲੇਗਰਾਊਂਡ ਹੈਗਾ ਜੀ। ਠੀਕ ਹੈ ਜੀ, ਇੱਥੇ ਬੱਚਿਆਂ ਦਾ ਖੇਡਣ ਦਾ ਹੈਗਾ, ਬਹੁਤ ਸ਼ਾਨਦਾਰ ਅਪਾਰਟਮੈਂਟ ਜੀ ਇੱਧਰ ਵੀ, ਔਰ ਨਜ਼ਾਰੇ ਤਾਂ ਤੁਸੀਂ ਦੇਖ ਹੀ ਰਹੇ ਹੋ, ਰੱਬ ਨੇ ਨਜ਼ਾਰੇ ਬੰਨੇ ਪਏ ਨੇ। ਅਤੇ ਆਪਾਂ ਚੱਲਦੇ ਪਏ ਹਾਂ ਫਿਲਹਾਲ, ਲਾਗੇ ਹੈਗੇ ਜੀ ਗ੍ਰੀਨ ਬਾਜ਼ਾਰ ਨਾਂ ਤੋਂ ਇੱਕ ਛੋਟੀ ਜਿਹੀ ਮਾਰਕੀਟ ਵਾ, ਲੋਕਲ ਮਾਰਕੀਟ, ਕਿਉਂਕਿ ਅਸੀਂ ਮੌਲ 'ਚ ਵੀ ਗਏ, ਉੱਥੇ ਵੀ ਆਪਾਂ ਨੇ ਚੀਜ਼ਾਂ ਵੇਖੀਆਂ, ਅਤੇ ਉੱਥੇ ਗ੍ਰੀਨ ਬਾਜ਼ਾਰ ਵੀ ਗਏ ਅਸੀਂ, ਉੱਥੇ ਵੀ ਚੀਜ਼ਾਂ ਵੇਖੀਆਂ, ਅਤੇ ਥੋੜ੍ਹਾ ਜਿਹਾ ਰੇਟ ਦਾ ਕੰਪੈਰੀਜ਼ਨ ਵਾ। ਅਤੇ ਅਸੀਂ ਤਾਂ ਬਜਟ ਟਰੈਵਲਰ ਹੈਗੇ ਹਾਂ, ਸਾਨੂੰ ਜਿਹੜਾ ਵਾ ਟਰੈਵਲ ਕਰਨਾ ਵਾ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ, ਔਰ ਮਜ਼ਾ ਜ਼ਿਆਦਾ ਲੈਣਾ ਵਾ, ਸਟੈਂਪਾਂ ਲਵਾਉਣੀਆਂ ਨੇ। ਠੀਕ ਹੈ ਜੀ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਆਪਾਂ ਦੇਖਦੇ ਹੋਏ, ਅਤੇ ਆਪਾਂ ਜਿਹੜੀਆਂ ਚੀਜ਼ਾਂ ਭਾਲਣੇ ਆ ਉਹ ਸਸਤੀਆਂ ਅਤੇ ਚੰਗੀਆਂ ਭਾਲਣੇ ਆ। ਠੀਕ ਹੈ ਜੀ, ਇਸ ਅਪਾਰਟਮੈਂਟ ਦਾ ਇੱਕ ਇਹ ਗੇਟ ਹੈਗਾ ਜਿੱਥੋਂ ਗੱਡੀਆਂ ਗੁੱਡੀਆਂ ਆਉਂਦੀਆਂ ਨੇ, ਉੱਧਰੋਂ ਵੀ ਆਉਂਦੀਆਂ ਨੇ ਮਗਰ ਇੱਧਰੋਂ ਜ਼ਿਆਦਾ ਆਉਂਦੀਆਂ ਨੇ। ਠੀਕ ਹੈ ਜੀ, ਔਰ ਇੱਕ ਗੇਟ ਹੈਗਾ ਜੀ ਸਾਹਮਣੇ, ਤਿੰਨ ਜਿਹੜੇ ਨੇ ਇਹਨਾਂ ਦੇ ਰਸਤੇ ਨੇ ਇਸ ਅਪਾਰਟਮੈਂਟ 'ਚ ਆਉਣ ਵਾਸਤੇ ਜਾਣ ਵਾਸਤੇ। ਅਤੇ ਹੁਣ ਆਪਾਂ ਅਪਾਰਟਮੈਂਟ ਤੋਂ ਨਿਕਲਦੇ ਪਏ ਹਾਂ ਬਾਹਰ, ਬਜ਼ੁਰਗ ਲੱਗੇ ਨੇ ਕਿ ਐਕਸਰਸਾਈਜ਼ ਕਰਨ, ਤੁਹਾਨੂੰ ਪਤਾ ਨਹੀਂ ਲੱਗਣਾ ਬਾਈ ਜੀ ਬਜ਼ੁਰਗ ਨੇ ਕਿ ਜਵਾਨ ਨੇ। ਆਹ ਵੇਖੋ ਨਾਲੇ ਬੱਚੇ ਖੇਡਣ ਦੇ ਨੇ। ਇੱਕ ਆਹ ਵੱਡਾ ਗੇਟ ਹੈ, ਇੱਕ ਇਹ ਛੋਟਾ ਗੇਟ ਹੈਗਾ, ਇਹ ਪੈਦਲ ਆਉਣ ਜਾਣ ਵਾਸਤੇ ਜ਼ਿਆਦਾ ਯੂਜ਼ ਹੁੰਦਾ, ਬਾਕੀ ਜਿਹੜੇ ਨੇ ਉਹ ਯੂਜ਼ ਹੁੰਦੇ ਨੇ ਗੱਡੀਆਂ ਵਾਸਤੇ। ਅਤੇ ਆਪਾਂ ਬਾਹਰ ਨਿਕਲਾਂਗੇ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੀਨ ਬਾਜ਼ਾਰ ਵੱਲ। ਲਓ ਜੀ ਨਜ਼ਾਰੇ ਪੰਨੇ ਪਏ ਨੇ ਰੱਬ ਨੇ, ਕਿਆ ਬਾਤ ਹੈ ਜੀ, ਹੈਂ ਇੱਕਦਮ ਵਧੀਆ ਜਿਹੜਾ ਮਾਹੌਲ, ਵਧੀਆ ਮੌਸਮ, ਵਧੀਆ ਨਜ਼ਾਰੇ। ਅਤੇ ਹੋਰ ਅਸੀਂ ਹੈਗੇ ਹਾਂ ਔਨ ਦਾ ਵੇ ਗ੍ਰੀਨ ਬਾਜ਼ਾਰ ਵੱਲ। ਸੋ ਜੀ ਤੁਸੀਂ ਸੁਣਿਆ ਹੈਗਾ ਅਰਬਾਤ ਸਟਰੀਟ, ਕਜ਼ਾਕਿਸਤਾਨ ਦੀ ਵਾਕਿੰਗ ਸਟਰੀਟ ਕਹਿ ਲਓ, ਨਾਈਟ ਲਾਈਫ ਸਟਰੀਟ ਕਹਿ ਲਓ, ਕੋਈ ਖਾਸ ਹੈਗੀ ਨਹੀਂ ਇੱਥੇ ਨਾਈਟ ਲਾਈਫ। ਜੇ ਬਹੁਤਾ ਤੁਸੀਂ ਥਾਈਲੈਂਡ ਜਾਂ ਫਿਰ ਵੀਅਤਨਾਮ ਜਾਂ ਹੋਰ ਆਪਣੀ ਏਸ਼ੀਅਨ ਕੰਟਰੀਆਂ ਵਰਗੂ ਤੁਸੀਂ ਕੋਈ ਨਾਈਟ ਲਾਈਫ ਭਾਲਦੇ ਹੋ ਤਾਂ ਉਹ ਇੱਥੇ ਨਹੀਂ ਹੈਗੀ, ਬਟ ਇੱਥੇ ਰਾਤ ਨੂੰ ਮਾਹੌਲ ਥੋੜ੍ਹਾ ਬਹੁਤ ਠੀਕ ਹੁੰਦਾ। ਮੈਂ ਨਹੀਂ ਕਹਾਂਗਾ ਜੀ ਬਹੁਤ ਵਧੀਆ ਹੈ, ਬਹੁਤ ਸ਼ਾਨਦਾਰ ਹੈ, ਆ ਜਾਓ ਨਾਈਟ ਲਾਈਫ ਇੰਜੋਏ ਕਰੋ, ਕੋਈ ਨਾਈਟ ਲਾਈਫ ਦੀ ਵੀਡੀਓ ਨਹੀਂ ਹੋਏਗੀ ਇੱਥੇ ਮੇਰੀ, ਕਿਉਂਕਿ ਹੈ ਹੀ ਨਹੀਂ ਗਾ, ਦਿਖਾਉਣਾ ਕੀ ਹੈ, ਖਾਲੀ ਰੋਡ ਥੋੜ੍ਹਾ ਦਿਖਾਉਣੇ ਨੇ ਤੁਹਾਨੂੰ। ਇਹ ਹੈਗੇ ਜੀ ਅਰਬਾਤ ਸਟਰੀਟ, ਇਹ ਜਿਹੜਾ ਸਟਰੀਟ ਵਾ ਉਹ ਅਰਬਾਤ ਸਟਰੀਟ ਕਹਿੰਦਾ ਦੋਸਤੋ। ਸਾਰੀ ਬਰਫ਼ ਪਈ ਸੀ, ਆਹ ਜਿਹੜਾ ਬਾਈ ਹੈ ਨਾ ਇਹਨੇ ਸਾਰੀ ਸਾਫ਼ ਕਰਤੀ ਸੀ।
ਕ੍ਰਿਸਮਸ ਆਉਣ ਵਾਲਾ, ਨਿਊ ਈਅਰ ਆਉਣ ਵਾਲਾ ਬਾਈ ਜੀ, ਅਤੇ ਉਹਦੇ ਕਰਕੇ ਇੱਥੇ ਸੈਂਟਾ ਅੰਕਲ ਜੀ ਖਲੋਤੇ ਨੇ, ਪਤਾ ਨਹੀਂ ਗਿਫਟ ਗੁਫਟ ਦੇ ਰਹੇ ਨੇ ਕਿ ਨਹੀਂ ਦੇ ਰਹੇ, ਇਹਦੇ ਬਾਰੇ ਤਾਂ ਪਤਾ ਨਹੀਂ ਬਾਈ। ਇੱਥੇ ਲੈਂਗੁਏਜ ਦੀ ਥੋੜ੍ਹੀ ਦਿੱਕਤ ਹੈਗੀ ਹੈ, ਕਿਉਂਕਿ ਇਹ ਰਸ਼ੀਅਨ ਟੱਚ ਹੈਗਾ ਸਾਰਾ, ਅਤੇ ਇੱਥੇ ਰਸ਼ੀਆ ਕਜ਼ਾਕ ਬੋਲੀ ਜਾਂਦੀ ਹੈ ਜ਼ਿਆਦਾ, ਤੁਹਾਨੂੰ ਜਿਹੜਾ ਟਰਾਂਸਲੇਟ ਕਰਕੇ ਹੀ ਸਮਝਾਉਣਾ ਪਏਗਾ। ਹਾਂਜੀ ਬਾਈ ਜੀ, ਆਪਾਂ ਲੰਘਦੇ ਪਏ ਸੀ ਅਤੇ ਸਾਨੂੰ ਸੈਂਟਾ ਅੰਕਲ ਨੇ ਆਵਾਜ਼ ਮਾਰੀ ਹੈ, ਅਤੇ ਦੇਖਦੇ ਹਾਂ ਕੀ ਹੈ, ਕੀ ਹਿਸਾਬ ਹੈਗਾ। ਸੈਂਟਾ ਅੰਕਲ ਹਿੰਦੀ ਬੋਲਦੇ ਨੇ, ਤੁਹਾਨੂੰ ਮੈਂ ਹਿੰਦੀ। ਹਾਏ, ਕਿਆ ਨਾਮ ਹੈ ਆਪਕਾ? ਮੈਰੀ ਕ੍ਰਿਸਮਸ। ਮੈਰੀ ਕ੍ਰਿਸਮਸ। ਮੁੰਬਈ, ਦਿੱਲੀ, ਗੁਜਰਾਤ, ਰਾਜਸਥਾਨ, ਐਵਰੀਵਨ। ਰਾਜਸਥਾਨ। ਕਿਆ ਨਾਮ ਹੈ ਆਪਕਾ? ਵਟਸ ਯੋਰ ਨੇਮ? ਡੈਰਨ। ਡੈਰਨ ਡੈਰਨ ਮੇਰਾ ਨਾਮ ਰਾਜ ਹੈ। ਹੈਲੋ, ਸੇਮ ਹੇਅਰ ਬ੍ਰਦਰ, ਸੇਮ ਹੇਅਰ। ਇਧਰ ਰੰਜੋਦ ਭਾਈ, ਯੂ ਕਾਲਿੰਗ ਟੂ ਮੀ? ਯੈਸ। ਤੇ ਬਾਕੀ ਵੀ ਵਿਲ ਹੈਵ ਪ੍ਰੋਮੋ ਐਕਸ਼ਨ ਫਰਮ ਆਵਰ ਕੰਪਨੀ ਟੂ ਦਿ ਮੀਨਸ ਮਿਰਕਲ। ਓਕੇ, ਸਾਹਮਣੇ ਨਾਲ ਗੱਲਬਾਤ ਕਰਦੇ ਪਏ ਆ। ਓਕੇ, ਰਾਤੀ ਚਲੋ ਦੇਖ ਲਈ ਭਾਈ, ਕੋਈ ਮੈਡੀਕਲ ਕੰਪਨੀ ਦਾ ਇਹਨਾਂ ਨੇ ਪ੍ਰੋਮੋਸ਼ਨ ਕਰਨੀ ਵਾ, ਤੇ ਮੈਨੂੰ ਆਵਾਜ਼ਾਂ ਮਾਰਨ ਡਿਆ ਸੀ ਤੇ ਹਿੰਦੀ ਚ ਬੋਲਣ ਡਿਆ ਸੀ, ਨਮਸਤੇ, ਮੈਰੀ ਕ੍ਰਿਸਮਸ। ਤੇ ਭਾਈ ਜੀ ਮਜ਼ਾ ਆਉਂਦਾ ਵਾ ਕੋਈ ਸਾਨੂੰ ਸਾਡੀ। ਹੈਲੋ, ਕੈਨ ਆਈ ਫੋਟੋ? ਸ਼ੋਰ ਸ਼ੋਰ, ਵਾਈ ਨਾਟ। ਤੁਸੀਂ ਅਭੀ ਅਭੀ ਕੈਸੇ ਜਾ ਰਹੇ ਹੋ ਆਪਕੋ? ਖਾਣਾ ਬਤਾਓ ਕਿ ਕਿਵੇਂ? ਥੈਂਕ ਯੂ, ਵੈਲਕਮ ਵੈਲਕਮ। ਵਾਟ ਆਰ ਯੂ ਫਰਮ? ਆ ਇੰਡੀਆ। ਇੰਡੀਆ? ਬੋਦੀ ਮੈਂ ਆਪਕੋ ਬੋਦੀ ਬੜਿਆ ਸਰ, ਆ ਜਲਦੀ ਭਾਈ। ਆਪਾਂ ਸੈਂਟਾ ਦੇ ਕੋਲ ਖਲੋਤੇ ਹੋਏ ਸੀ, ਤੇ ਇੱਕ ਇੰਡੀਅਨ ਫੈਮਿਲੀ ਸਾਡੇ ਕੋਲ ਜਾ ਰਹੀ ਸੀ ਜਿਹੜੀ ਦਿੱਲੀ ਦੀ ਵਾ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਧੀਆ ਵਧੀਆ ਵਧੀਆ। ਕਿੰਨੇ ਦਿਨ ਹੋ ਗਏ ਭਾਈ ਇਹਨਾਂ ਨੂੰ? 6 ਦਿਨ ਹੋ ਗਏ। 6 ਦਿਨ ਹੋ ਗਏ, ਇੰਜੋਏ ਕਰਦੇ ਹੋਏ ਹੋ? ਬਹੁਤ ਮਜ਼ਾ ਆ ਰਿਹਾ। ਪਹਿਲੀ ਸਨੋ ਵਾਲ ਹੈ, ਮਤਲਬ ਇੱਦਾਂ ਦੀ ਪਹਿਲੀ? ਪਹਿਲੀ ਅਲਮਾਟੀ ਦੀ? ਅਲਮਾਟੀ ਦੀ ਵੀ, ਤੇ ਆਪਣੇ ਕਦੇ ਵੀ ਲਾਈਫ ਪਹਿਲਾਂ ਤਾਂ ਕਦੇ ਨਹੀਂ ਵੇਖਿਆ। ਅੱਛਾ ਜੀ। ਹਾਂਜੀ, ਐਕਚੁਅਲੀ ਮਤਲਬ ਮੈਂ ਤਾਂ ਵੇਖਿਆ ਸੀ, ਮੈਂ ਦੇਖਿਆ ਸੀ ਹੇਮਕੁੰਟ ਸਾਹਿਬ, ਅਸੀਂ ਜਾਂਦੇ ਹਾਂ ਤਾਂ ਉੱਧਰ ਮੈਂ ਦੇਖੀ ਸੀ, ਤੇ ਮੈਂ ਮਤਲਬ ਪਈ ਹੋਈ ਤਾਂ ਵੇਖੀ ਆ ਅਸੀਂ ਜੀ, ਪਈ ਹੋਈ, ਲੇਕਿਨ ਇਹੋ ਜਿਹਾ ਨਜ਼ਾਰਾ ਮਿਲਣਾ ਬੜਾ ਮੁਸ਼ਕਲ ਹੋ ਜਾਂਦਾ ਜੀ, ਜਾਂ ਫਿਰ ਬੰਦਾ ਬੈਠਾ ਰਹੇ ਸ਼ਿਮਲਾ ਜਾਂ ਉੱਥੇ ਜਾ ਕੇ ਜਿਹੜਾ ਉੱਥੇ ਜਾ ਕੇ ਬਹਿ ਜਾਏ, ਤੇ ਫਿਰ ਥੋੜ੍ਹਾ ਜਿਹਾ ਮਿਲਦੀ ਹੈ, ਲੇਕਿਨ ਤਪੱਸਿਆ ਕਰਨੀ ਪੈਂਦੀ ਉਹਦੇ ਵਾਸਤੇ, ਬਟ ਇੱਥੇ ਆਉਂਦੇ ਹੀ ਸਾਨੂੰ ਮਿਲ ਗਈ, ਬਹੁਤ ਵਧੀਆ ਵਧੀਆ ਵੀ ਲੱਗ ਰਿਹਾ। ਵਧੀਆ ਲੱਗ ਰਿਹਾ ਜੀ, ਵਧੀਆ ਮੌਸਮ ਹੋ ਰਿਹਾ। ਮੈਂ ਦੱਸਿਆ ਸੀ ਕਿ ਸਟੂਡੈਂਟ ਔਰ ਇੰਡੀਅਨ ਫੈਮਿਲੀਜ਼, ਇੰਡੀਅਨ ਬਹੁਤ ਸਾਰੇ ਜਿਹੜੇ ਨੇ ਆਪਣੇ ਇੱਥੇ ਆਏ ਹੋਏ ਨੇ। ਬਾਈ ਜੀ, ਆਪਾਂ ਔਨ ਦਾ ਵੇ ਹੈਗੇ ਹਾਂ ਗ੍ਰੀਨ ਬਾਜ਼ਾਰ ਵੱਲ। 1 ਕਿਲੋਮੀਟਰ ਹੈਗਾ ਸਾਡੇ ਜਿਹੜਾ ਅਪਾਰਟਮੈਂਟ ਤੋਂ ਗ੍ਰੀਨ ਬਾਜ਼ਾਰ, ਬਟ ਅਸੀਂ ਸਨੋਫਾਲ ਦੇ ਨਜ਼ਾਰੇ ਲੈਂਦੇ ਹੋਏ, ਅਤੇ ਹੌਲੀ ਹੌਲੀ ਕਦੀ ਕਿਸੇ ਰੈਸਟੋਰੈਂਟ 'ਚ ਵੜ ਗਏ ਅਤੇ ਕਦੀ ਕਿਸੇ ਮੌਲ 'ਚ ਵੜ ਗਏ, ਘੁੰਮਦੇ ਹੋਏ ਅਸੀਂ ਬਿਲਕੁਲ ਹੁਣ ਨੀਅਰ ਪਹੁੰਚੇ ਹਾਂ ਗ੍ਰੀਨ ਬਾਜ਼ਾਰ ਦੇ। ਸੋ ਬਾਈ ਜੀ, ਆਪਾਂ ਬਿਲਕੁਲ ਲਾਗੇ ਹੈਗੇ ਹਾਂ ਗ੍ਰੀਨ ਬਾਜ਼ਾਰ ਦੇ, ਇਹਦੇ ਸਰਾਊਂਡਿੰਗ ਸਾਰੀ ਸ਼ੋਪਸ ਵਗੈਰਾ ਹੈਗੀਆਂ ਨੇ ਜਿਵੇਂ ਨੋਰਮਲ ਬਾਜ਼ਾਰ ਦੇ ਬਾਹਰ ਹੁੰਦੀਆਂ ਨੇ, ਔਰ ਇੱਥੇ ਸਟਰੀਟ ਫੂਡ ਦੇ ਨਾਂ 'ਤੇ ਤੁਹਾਨੂੰ ਇਹੋ ਜਿਹੀ ਸ਼ੋਪਸ ਮਿਲ ਜਾਣਗੀਆਂ ਜਿਹਦੇ 'ਤੇ ਬਹੁਤ ਹੀ ਵਧੀਆ ਤੁਹਾਨੂੰ ਜਿਹੜੀ ਹੈ ਰੋਟੀ ਪਾਣੀ ਮਿਲ ਜਾਂਦਾ ਹੈਗਾ, ਸਨੈਕਸ ਹੈਗੇ ਨੇ ਐਕਚੁਅਲੀ, ਔਰ ਵਧੀਆ। ਔਰ ਇੱਥੇ ਜਿਹੜਾ ਨਾ ਬਾਈ,
ਇਹੋ ਜਿਹੇ ਸਨੈਕਸ ਨੇ ਜਿੱਥੇ ਤੁਹਾਨੂੰ ਚਿਕਨ ਆਲੂ ਵਗੈਰਾ ਸਭ ਕੁਛ ਮਿਲ ਜਾਂਦਾ। ਇਹਦੇ ਕੋਲ ਅਸੀਂ ਰਾਤੀ ਕੱਲ੍ਹ ਆਏ ਸੀ ਅਤੇ ਇਹਦੇ ਕੋਲ ਆਲੂ ਦੇ ਰੋਲ ਜੇ ਸੀਗੇ। ਆਪਾਂ ਹੁਣ ਚੱਲ ਰਹੇ ਹਾਂ ਗੁਰਜੀਨ ਬਾਜ਼ਾਰ ਵੱਲ। ਇਹ ਦੇਖੋ ਜੀ, ਹੈਲੋ, ਇਸ ਤਰ੍ਹਾਂ ਦੇ ਬਾਜ਼ਾਰ ਲੱਗੇ ਨੇ, ਸਟਾਰਟ ਹੋ ਗਏ ਨੇ। ਔਰ ਅਸੀਂ ਫਿਲਹਾਲ ਪਹਿਲੇ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਜਿੱਥੇ ਤੁਸੀਂ ਆਪਣਾ ਪਹਿਲੇ ਖਾਣ ਪੀਣ ਦਾ ਸਮਾਨ ਲੈ ਸਕਦੇ ਹੋ ਦੋਸਤੋ, ਠੀਕ ਹੈ ਜੀ। ਮੈਂ ਤੁਹਾਨੂੰ ਮਨੀ ਐਕਸਚੇਂਜ ਦੇ ਬਾਰੇ ਦੱਸਦਾ। ਡੇ ਬਾਏ ਡੇ ਔਰ ਮਿੰਟ ਬਾਏ ਮਿੰਟ ਇੱਥੇ ਚੇਂਜ ਹੁੰਦਾ ਹੈਗਾ USD। ਤੁਸੀਂ ਕਿਤੋਂ ਵੀ ਐਕਸਚੇਂਜ ਕਰਾਓ ਤੁਹਾਨੂੰ ਰੇਟ ਇੱਕੋ ਜਿਹਾ ਹੀ ਮਿਲੇਗਾ, ਰੀਜ਼ਨੇਬਲ ਪ੍ਰਾਈਸ। ਸੋ ਇਹ ਹੈਗੀ ਐਂਟਰੈਂਸ ਦੋਸਤੋ, ਆਪਾਂ ਚੱਲ ਰਹੇ ਹਾਂ ਥੱਲੇ। ਲੈ ਸੋ ਜੀ, ਆਪਾਂ ਬੜੇ ਹਾਂ ਗ੍ਰੀਨ ਬਾਜ਼ਾਰ ਵਿੱਚ। ਆਉਂਦੇ ਸਾਰ ਡਰਾਈ ਫਰੂਟ। ਅੱਛਾ, ਇੱਧਰ ਨਾ ਬੇਕਿੰਗ ਹੁੰਦੀ ਹੈ ਦੋਸਤੋ, ਇੱਥੇ ਕਾਬਲੀ ਰੋਟੀਆਂ। ਉਸ ਸਾਈਡ 'ਤੇ ਰੈਡੀਮੇਡ ਮੀਟ, ਨੋਨ ਵੈਜ। ਇੱਧਰ ਵੀ ਕਾਫੀ ਅੱਗੇ ਤੱਕ ਹੈਗਾ, ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਤੋਂ। ਲਓ ਜੀ, ਡਰਾਈ ਫਰੂਟ, ਫਿਸ਼, ਵੈਜੀਟੇਬਲਸ। ਲੈ ਯਾਰ ਵਧੀਆ ਸਾਰਾ ਇੱਥੇ, ਬਹੁਤ ਚੀਪ ਜਿਹੜੇ ਹਿਸਾਬ ਨਾਲ ਬ੍ਰੈਡ ਬਰੂਡ ਜਿਹੜੀਆਂ ਨੇ ਇੱਥੇ ਮਿਲ ਜਾਂਦੀਆਂ ਨੇ, ਬਹੁਤ ਸਖਤ ਹੁੰਦੀਆਂ ਨੇ। ਇਹਨਾਂ ਨੂੰ ਗਰਮ ਕਰਕੇ ਖਾਓ ਤਾਂ ਵਧੀਆ ਲੱਗਦੇ ਨੇ। ਅੱਗੇ ਜੀ ਇੱਧਰ ਡਰਾਈ ਫਰੂਟ ਸੀਗਾ, ਇਹ ਡਰਾਈ ਫਰੂਟ ਦਾ ਸੈਕਸ਼ਨ ਸੀਗਾ, ਹੁਣ ਇੱਧਰ ਫਰੂਟ ਦਾ ਸੈਕਸ਼ਨ ਆ ਗਿਆ। ਫਰੂਟ ਦੇ ਵਿੱਚ ਡਰਾਈ ਫਰੂਟ ਵੀ ਲੱਗੇ ਹੋਏ ਨੇ ਵੈਸੇ। ਇੱਧਰ ਜੀ ਘਰ ਦਾ ਸਮਾਨ, ਵਾਹ ਵਾਹ, ਕਾਫੀ ਵੱਡੀ ਮਾਰਕੀਟ ਹੈ ਦੇਖੋ ਜੀ। ਹੁਣ ਆਪਾਂ ਜਿਹੜਾ ਇੱਕ ਅੱਧੇ ਬੰਦੇ ਕੋਲੋਂ ਰੇਟ ਰੂਟ ਵੀ ਪੁੱਛ ਲੈਂਦੇ ਹਾਂ। ਵਾਹ ਜੀ ਵਾਹ, ਕਿਆ ਬਾਤ ਹੈ। ਮੂਲੀ ਮੂਲੀ ਹੈਗੀ ਜੀ, ਮੂਲੀ, ਬੰਦ ਗੋਭੀ, ਅੱਛਾ ਪੱਤਾ ਗੋਭੀ, ਸ਼ਿਮਲਾ, ਕਿਆ ਬਾਤ ਹੈ ਜੀ। ਪਿਆਜ਼ ਵੇਖੋ ਜੀ, ਪਿਆਜ਼, ਫੁੱਲ ਗੋਭੀ, ਬੰਦ ਗੋਭੀ, ਬੜੀ ਸੇਬ, ਬਹੁਤ ਵਧੀਆ ਔਰ ਬਹੁਤ ਸਸਤਾ ਸੇਬ ਹੈ, ਮੈਂ ਤੁਹਾਨੂੰ ਦਿਖਾਉਣਾ ਹੈ। ਇਸ ਬਾਈ ਜੀ ਇਹ ਦੇਖੋ ਅਨਾਰ, ਕਿਆ ਸ਼ਾਨਦਾਰ ਅਨਾਰ ਹੈ, ਕਿਆ ਜ਼ਬਰਦਸਤ ਅਨਾਰ ਹੈ। ਰੇਟ ਪੁੱਛਣੇ ਇਹਦਾ ਭਾਜੀ, ਸੇਬ ਲੈਣੇ 700 ਟੈਂਗੇ, ਮਤਲਬ ਕਿ 700 ਟੈਂਗੇ ਕਿਲੋ, 120 ਰੁਪਏ ਕਿਲੋ ਸੇਬ। ਸੇਬ ਬੜਾ ਜਾਨਦਾਰ ਹੈ ਭਾਜੀ, ਗ੍ਰੀਨ ਗ੍ਰੀਨ ਐਪਲ, ਗ੍ਰੀਨ ਐਪਲ, ਗ੍ਰੀਨ ਐਪਲ, ਗੋਲਡਨ ਐਪਲ ਹੈਗਾ, ਗੋਲਡਨ ਕਾ ਗ੍ਰੀਨ ਜੋ ਵੀ ਆ, ਗ੍ਰੀਨ ਐਪਲ ਬੋਲਦੇ ਹਾਂ। ਬੜਾ ਜਾਨਦਾਰ ਐਪਲ ਯਾਰ, ਮਤਲਬ ਮਜ਼ਾ ਆ ਗਿਆ ਦੇਖ ਕੇ ਯਾਰ, ਦਿਲ ਖੁਸ਼ ਹੋ ਗਿਆ। ਕਾਫੀ ਸਸਤਾ ਸਮਾਨ ਹੈਗਾ, ਨਹੀਂ ਬਣਾਉਣੀ ਵੀਡੀਓ ਗੱਲ ਬੰਦੇ ਹੋ। ਇਹ ਆਪਾਂ ਘੁੰਮਦੇ ਪਏ ਆ ਅੰਦਰ ਵਧੀਆ, ਦੇਖੋ ਜੀ। ਹੋਰ ਜੀ ਇੱਧਰ ਨੋਨ ਵੈਜ ਦਾ ਸੈਕਸ਼ਨ, ਮਸਾਲੇ ਮਸੂਲੇ, ਮਤਲਬ ਭਾਅ ਜੀ ਬਹੁਤ ਸਸਤਾ। ਅਗਰ ਬੰਦਾ ਇੱਥੇ ਰਹਿੰਦਾ ਵੀ ਹੋਏ ਤਾਂ ਆਰਾਮ ਨਾਲ ਜਿਹੜਾ ਉਹ
ਸਾਰੀ ਚੀਜ਼ਾਂ ਨੂੰ ਚੀਪ ਵੇ ਦੇ ਵਿੱਚ, ਮਤਲਬ ਕਿ ਸਸਤੇ ਤਰੀਕੇ ਨਾਲ ਆਪਣੀ ਬਾਜ਼ਾਰ ਲੱਗਦੇ ਨੇ, ਮਾਰਕੀਟਾਂ ਲੱਗਦੀਆਂ ਨੇ, ਉਹੋ ਜਿਹਾ ਹਿਸਾਬ ਕਿਤਾਬ ਹੈਗਾ। ਦੇਖੋ ਆਂਡੇ। ਸੋ ਜੀ ਹੁਣ ਆਪਾਂ ਮਾਰਕੀਟ ਦੇ ਵਿੱਚੋਂ ਨਾ ਦੂਜੀ ਤਰਫੋਂ ਬਾਹਰ ਨਿਕਲਦੇ ਪਏ ਹਾਂ। ਇਹ ਤਾਂ ਸੀਗੀ ਖਾਣ ਪੀਣ ਦੀ ਮਾਰਕੀਟ, ਹੁਣ ਆ ਜਾਂਦੀ ਹੈਗੀ ਹੈ ਦੋਸਤੋ ਦੂਜੇ, ਜਿੱਥੇ ਸ਼ੂਜ਼ ਵਗੈਰਾ, ਇਹ ਸਾਰੀ ਸ਼ੂਜ਼ ਦੀ ਮਾਰਕੀਟ ਹੈਗੀ ਹੈ, ਜਿੱਥੇ ਤੁਹਾਨੂੰ ਬਰਫ਼ 'ਚ ਘੁੰਮਣ ਵਾਸਤੇ ਸ਼ੂਜ਼ ਮਿਲ ਜਾਣਗੇ ਚੀਪ ਵੇ ਦੇ ਵਿੱਚ, ਠੀਕ ਹੈ ਜੀ। ਔਰ ਇੱਧਰ ਵੀ ਇਹ ਸਾਰਾ ਜਿਹੜਾ ਸਮਾਨ ਹੈ ਇੱਧਰ ਹੈਗਾ ਹੈ, ਮਤਲਬ ਭਾਂਡੇ ਭੁੰਡੇ ਨੇਗੇ ਇੱਧਰ ਸਾਰਾ ਸਮਾਨ ਜਿਹੜਾ, ਹੈਲੋ ਉਹ ਹੈਗਾ ਵਾ। ਇਹ ਦੇਖੋ ਜੀ ਇੱਧਰ ਵੀ ਹੈਗੀ ਸਾਰਾ, ਮਤਲਬ ਕਿ ਬਹੁਤ ਸ਼ਾਨਦਾਰ ਜਿਹੜੀ ਮਾਰਕੀਟ ਹੈਗੀ ਹੈ। ਔਰ ਇੱਧਰ ਜੀ ਤੁਹਾਨੂੰ ਸਟੱਫ ਮਿਲ ਜਾਣ, ਕੱਪੜੇ ਮਿਲ ਜਾਣਗੇ, ਸਟੱਫਸ ਸਭ ਲੋਕਲ ਮਾਰਕੀਟ ਹੈਗੀ ਹੈ ਜੀ, ਸ਼ਾਨਦਾਰ। ਦੇਖੋ ਜੀ ਜੈਕਟਸ। ਸੋ ਬਾਈ ਜੀ ਗ੍ਰੀਨ ਮਾਰਕੀਟ ਤੋਂ ਹੋ ਕੇ ਹੁਣ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਮੌਲ, ਕਿ ਕਿੰਨਾ ਕੁ ਫਰਕ ਹੈਗਾ ਉੱਥੇ ਔਰ ਇੱਥੇ ਵਿੱਚ। ਮੌਲ ਬਿਲਕੁਲ ਸਾਡੇ ਅਪਾਰਟਮੈਂਟ ਦੇ ਬਿਲਕੁਲ ਨਾਲ ਹੈਗਾ, ਰੋਡ ਦੇ ਇਸ ਸਾਈਡ, ਜਿਵੇਂ ਤੁਸੀਂ ਦੇਖੋਗੇ ਉਸ ਸਾਈਡ ਰੋਡ ਹੈਗਾ, ਉਸਦੇ ਉਸ ਸਾਈਡ ਸਾਡਾ ਜਿਹੜਾ ਅਪਾਰਟਮੈਂਟ ਹੈ ਔਰ ਇਸ ਸਾਈਡ ਜਿਹੜੇ ਨੇ ਉਹ ਮੌਲ ਹੈਗੇ ਨੇ। ਅਤੇ ਹੁਣ ਅਸੀਂ ਮੌਲ ਦੇ ਵਿੱਚ ਚੱਲ ਰਹੇ ਹਾਂ ਤਾਂ ਤੁਹਾਨੂੰ ਥੋੜ੍ਹਾ ਜਿਹਾ ਦਿਖਾਵਾਂਗਾ ਕਿ ਵੀ ਕਿੰਨਾ ਕੁ ਫਰਕ ਹੈ। ਉਹ ਉੱਥੇ ਕਾਫੀ ਜ਼ਿਆਦਾ ਜਿਹੜਾ ਚੀਪ ਪ੍ਰਾਈਸ 'ਤੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ। ਹੁਣ ਅਸੀਂ ਅੰਦਰ ਚੱਲ ਰਹੇ ਹਾਂ, ਠੀਕ ਹੈ। ਸੋ ਜੀ ਮੌਲ ਕਾਫੀ ਵੱਡਾ ਹੈਗਾ, ਅਸੀਂ ਅੰਦਰ ਆ ਗਏ ਹਾਂ। ਅਤੇ ਇਹ ਦੇਖੋ ਇੱਧਰ ਤੁਹਾਨੂੰ ਜਿਹੜਾ ਹੈ ਸੌਫਟ ਡਰਿੰਕ ਵਗੈਰਾ, ਕੋਲਡ ਡਰਿੰਕ, ਪਾਣੀ, ਇਹ ਸੈਕਸ਼ਨ ਉਹ ਹੈਗਾ। ਮੈਂ ਤੁਹਾਨੂੰ ਉਹ ਸੈਕਸ਼ਨ ਹੀ ਦਿਖਾ ਰਿਹਾ ਜ਼ਿਆਦਾਤਰ, ਜਿਹੜਾ ਵਾ ਮਤਲਬ ਕਿ ਖਾਣ ਪੀਣ ਦਾ ਜਿੱਥੇ ਸਮਾਨ ਹੈਗਾ, ਠੀਕ ਹੈ ਜੀ। ਹੁਣ ਅੱਗੇ ਲੈ ਕੇ ਚੱਲ ਰਿਹਾ ਤੁਹਾਨੂੰ ਜਿੱਥੇ ਖਾਣ ਪੀਣ ਦਾ ਸਮਾਨ ਹੈ ਤੁਹਾਨੂੰ। ਇੱਧਰ ਤੁਹਾਨੂੰ ਦਾਲਾਂ ਦੂਲਾਂ, ਚੌਲ, ਮਸਾਲੇ, ਕਾਫੀ ਸਾਰੀ ਤੁਹਾਨੂੰ ਚੀਜ਼ਾਂ ਇੱਥੇ ਵੀ ਮਿਲ ਜਾਣਗੀਆਂ ਇਸ ਮੌਲ ਦੇ ਵਿੱਚ। ਬਟ ਅਕੋਰਡਿੰਗ ਟੂ ਗ੍ਰੀਨ ਮਾਰਕੀਟ ਇੱਥੇ ਜਿਹੜਾ ਹੈਗਾ ਉਹ ਰੇਟ ਦਾ ਕਾਫੀ ਫਰਕ ਹੈਗਾ, ਠੀਕ ਹੈ ਜੀ। ਇੱਧਰ ਤੁਹਾਨੂੰ ਚੀਜ਼ ਵਗੈਰਾ ਸਾਰਾ ਕੁਛ ਇੱਧਰ ਖਾਣ ਪੀਣ ਦਾ, ਉੱਧਰ ਆਇਲ ਹੈਗੇ ਨੇ, ਅਤੇ ਇੱਧਰ ਸਾਰਾ ਕੁਛ ਰੈਡੀਮੇਡ ਆਈਟਮਸ ਵੀ ਹੈਗੀਆਂ ਨੇ। ਔਰ ਇੱਧਰ ਵੀ ਤੁਹਾਨੂੰ ਮਿਲ ਜਾਏਗਾ। ਹੁਣ ਮੈਂ ਇਹ ਦੇਖੋ ਜੇ ਤੁਸੀਂ ਇੱਧਰ ਲੈਣਾ ਚਾਹੁੰਦੇ ਹੋ ਤਾਂ ਇੱਥੇ ਵੈਜ ਚੀਜ਼ਾਂ ਮਿਲ ਜਾਂਦੀਆਂ ਨੇ, ਇਹ ਸੈਲਡ ਹੈਗੇ ਨੇ, ਔਰ ਇਹ ਪੋਟੈਟੋ ਹੈਗੇ ਨੇ, ਇਹ ਵਾਲੀ ਚੀਜ਼ ਤੁਸੀਂ ਖਾ ਸਕਦੇ ਹੋ ਵੈਜ ਵਾਲੇ ਬੰਦੇ, ਠੀਕ ਹੈ। ਇਹ ਬਿਰਿਆਨੀ ਬਿਰਿਆਨੀ ਸਭ ਚਿਕਨ ਹੈਗਾ, ਮਤਲਬ ਕਿ ਨੋਨ ਵੈਜ ਹੈਗਾ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ, ਉਹ ਤੁਸੀਂ ਖਾ ਸਕਦੇ ਹੋ, ਉਹ ਬਹੁਤ ਸ਼ਾਨਦਾਰ ਹੈ। ਇਹ ਦੇਖੋ ਜੀ ਇਹ ਹੈਗਾ, ਇਹ ਵੈਜ ਹੈਗਾ, ਔਰ ਇੱਕ ਜਿਹੜਾ ਹੈ ਨਾ ਉਹ 650 ਟੈਂਗੇ ਦਾ ਪੈਂਦਾ, ਕਾਫੀ ਵਧੀਆ ਔਰ ਟੇਸਟ ਕਰਿਆ ਅਸੀਂ। ਇੱਕ ਪਰੌਂਠਾ ਜਿਹਾ ਹੈਗਾ, ਉਹਦੇ ਨਾਲ ਤੁਸੀਂ ਆਪਣਾ ਢਿੱਡ ਭਰ ਸਕਦੇ ਹੋ। ਬੋਇਲ ਐਗ ਔਰ ਰੈਡੀਮੇਡ ਸਾਰਾ ਉੱਪਰ ਰੋਲ ਵਗੈਰਾ ਮਿਲ ਜਾਂਦੇ ਨੇ, ਲੇਕਿਨ ਉਹੀ ਹੈ ਨਾ ਕਿ ਕੋਸਟਲੀ ਹੈਗਾ ਇੱਧਰ, ਠੀਕ ਹੈ ਜੀ। ਹੁਣ ਅਸੀਂ ਉੱਧਰਲੇ ਪਾਸੇ ਚੱਲਦੇ ਹਾਂ, ਉੱਧਰ ਤੁਹਾਨੂੰ ਥੋੜ੍ਹਾ ਜਿਹਾ ਦਿਖਾਉਂਦੇ। ਇੱਧਰ ਤੁਹਾਨੂੰ ਚੋਕਲੇਟ ਵਗੈਰਾ, ਆਈਸ ਕ੍ਰੀਮ, ਠੀਕ ਹੈ ਜੀ, ਇਹ ਸਾਰੀ ਚੀਜ਼ਾਂ ਮਿਲ ਜਾਣਗੀਆਂ। ਇੱਧਰ ਆ ਜਾਵਾਂਗੇ ਤਾਂ ਇੱਧਰ ਤੁਹਾਨੂੰ ਫਰੂਟ ਔਰ ਵੈਜੀਟੇਬਲ ਦਾ ਸੈਕਸ਼ਨ ਮਿਲ ਜਾਏਗਾ, ਠੀਕ ਹੈ ਜੀ। ਇੱਧਰ ਤੁਹਾਨੂੰ ਜਿਹੜਾ ਨੋਨ ਵੈਜ ਦਾ ਸੈਕਸ਼ਨ ਅਲੱਗ ਮਿਲ ਜਾਂਦਾ। ਇੱਧਰ ਤੁਹਾਨੂੰ ਐਗਸ ਵਗੈਰਾ ਔਰ ਪੈਕ ਮੀਟ ਜਿਹੜਾ ਹੈਗਾ, ਅਗਰ ਤੁਸੀਂ ਥੋੜ੍ਹੀ ਕੁਆਂਟਿਟੀ 'ਚ ਲੈਣਾ, ਫਿਸ਼ ਵਗੈਰਾ ਸਾਰਾ ਕੁਛ ਮਿਲ ਜਾਂਦਾ, ਔਸਮ ਚੀਜ਼ ਹੈ। ਔਰ ਇੱਧਰ ਦੇਖੋ ਜੀ ਮੈਗੀ ਦੇ
ਮਸਾਲੇ ਮੈਗੀ ਦੀ ਜਿਹੜੇ ਪੈਕਟ ਨੇਗੇ ਉਹ ਬਣੇ ਹੋਏ ਨੇ ਸੂਪ ਵਗੈਰਾ ਦੇ, ਇਹ ਵੀ ਹੈਗਾ। ਹੁਣ ਮੈਂ ਤੁਹਾਨੂੰ ਅੱਗੇ ਲੈ ਕੇ ਚੱਲ, ਇੱਧਰ ਚੀਜ਼ ਚੋਕਲੇਟਸ ਔਰ ਇੱਧਰ ਆ ਜਾਂਦਾ ਦੁੱਧ ਵਾਲਾ, ਇਹ ਦੁੱਧ ਦਾ ਸਿਸਟਮ ਹੈ, ਇੱਧਰ ਤੁਸੀਂ ਦੁੱਧ ਵਗੈਰਾ ਲੈ ਸਕਦੇ ਹੋ। ਔਰ ਇਹ ਸਾਹਮਣੇ ਲੀਕਰ ਹੈਗਾ ਵੀਰ ਜੀ, ਇੱਧਰ ਵੀ ਬ੍ਰੈਡ ਵਗੈਰਾ ਪਈਆਂ ਨੇ, ਸੋ ਇਹ ਹੈਗਾ ਜੀ, ਠੀਕ ਹੈ ਜੀ। ਔਰ ਇਸ ਪਾਸੇ ਹੈਗਾ ਜੀ ਕੇਕ ਵਗੈਰਾ ਦਾ ਸਿਸਟਮ, ਕੇਕ ਪੇਸਟੀਜ਼, ਠੀਕ ਹੈ, ਚੋਕਲੇਟ ਕੁਕੀਜ਼, ਸਾਰਾ ਸਿਸਟਮ ਇੱਧਰ ਹੋ ਗਿਆ। ਇਸ ਤਰ੍ਹਾਂ ਦੇ ਇੱਥੇ ਕਾਊਂਟਰ ਬਣੇ ਹੁੰਦੇ ਨੇ ਜੀ ਜਿੱਥੇ ਤੁਸੀਂ ਕਰਾ ਸਕਦੇ ਹੋ। ਹਾਂਜੀ ਭਾਅ ਜੀ, ਆਪਾਂ ਬਾਹਰ ਆ ਗਏ ਹੁਣ ਮਾਲ ਤੋਂ, ਇਹ ਹੈਗਾ ਪਿੱਛੇ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਦਿਖਾ ਦਿੰਦਾ, ਇਹ ਹੈਗਾ। ਹੋਰ ਵੀ ਬੜੇ ਸਾਰੇ ਨੇ ਅੱਗੇ ਰੋਲ ਲੱਗੀ ਹੋਈ ਹੈ, ਬਟ ਅਸੀਂ ਇੰਨਾ ਹੀ ਪ੍ਰੀਫਰ ਕੀਤਾ, ਕਾਫੀ ਵਧੀਆ ਸੀਗਾ। ਇੱਧਰ ਸਾ ਰੋਹ ਦੇ ਵਿੱਚ ਵੀ ਇਸ ਸਾਈਡ 'ਤੇ ਰਾਈਟ ਹੈਂਡ ਸਾਈਡ 'ਤੇ ਤੁਹਾਨੂੰ ਹੋਰ ਸਾਰੇ ਮਾਲ ਮਿਲ ਜਾਣਗੇ। ਹਾਂਜੀ ਦੋਸਤੋ, ਇਸ ਵੀਡੀਓ ਦੇ ਵਿੱਚ ਇੰਨਾ ਹੀ, ਕਿਹੋ ਜਿਹੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਣਾ, ਲਾਈਕ ਸ਼ੇਅਰ ਔਰ ਕਮੈਂਟ, ਠੀਕ ਹੈ ਜੀ। ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਏ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਰੱਬ ਰੱਖਾ ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ ਜੀ।